ਵਰਤਮਾਨ ਸਮੇਂ 'ਚ ਸਿਰਫ ਫਸਲਾਂ ਦੇ ਸਹਾਰੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਪਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਲਈ ਕਿਸਾਨਾਂ ਨੂੰ ਵਾਧੂ ਧੰਦਿਆਂ ਵੱਲ ਵੀ ਕਦਮ ਵਧਾਉਣੇ ਪੈਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ MLA ਅਤੇ ਸਾਬਕਾ ਮੰਤਰੀ ਪੰਜਾਬ ਸ਼ਰਨਜੀਤ ਸਿੰਘ ਢਿੱਲੋਂ ਨੇ ਪਿੰਡ ਖਾਂਸੀ ਕਲਾਂ ਵਿਖੇ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਕਰਵਾਏ ਗਏ ਮੁਨਾਫਾ ਵੰਡ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕੀਤਾ। ਖਾਂਸੀ ਕਲਾਂ ਦੀ ਦੁੱਧ ਉਤਪਾਦਕ ਸੁਸਾਇਟੀ ਨੇ ਦੁੱਧ ਉਤਪਾਦਕਾਂ ਨੂੰ ਉਹਨਾਂ ਦੇ ਦੁੱਧ ਦੇ ਪੈਸੇ ਦੇਣ ਤੋਂ ਬਾਅਦ ਜੋ ਪ੍ਰੋਫਿਟ ਬਚਿਆ ਇਸ ਸੁਸਾਇਟੀ ਨੂੰ ਉਹਦੀ ਵੰਡ ਕੀਤੀ ਹੈ। ਔਰ ਮੈਂ ਇਹ ਗੱਲ ਕਹਾਂਗਾ ਕਿ ਜਿਹੜੇ ਲੋਕਾਂ ਨੇ ਪਿੰਡਾਂ ਦੇ ਵਿੱਚ ਚੰਗੇ ਨੁਮਾਇੰਦੇ ਚੁਣੇ ਨੇ, ਚੰਗੇ ਰਖਵਾਲੇ ਚੁਣੇ ਨੇ, ਉਹ ਪਿੰਡ ਤਰੱਕੀ ਦੇ ਵਿੱਚ ਆਉਂਦੇ ਨੇ। ਅੱਜ ਪ੍ਰੋਫਿਟ ਵੀ ਲੋਕਾਂ ਨੂੰ ਤਾਂ ਹੀ ਮਿਲ ਸਕਿਆ ਇਹਨਾਂ ਨੇ ਚੰਗੇ ਰਖਵਾਲੇ ਚੁਣੇ ਸੀ। ਮੈਂ ਸਾਰੇ ਹੀ ਦੁੱਧ ਉਤਪਾਦਕਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ। ਔਰ ਮੈਂ ਇਹ ਮਹਿਸੂਸ ਕਰਦਾ ਬੜੇ ਸਹੀ ਟਾਈਮ ਦੇ ਉੱਤੇ ਦੀਵਾਲੀ ਦੇ ਮੌਕੇ ਦਾ ਇੱਕ ਤੋਹਫਾ ਦਿੱਤਾ ਸਾਰੇ ਹੀ ਖਾਸੀ ਕਲਾਂ ਦੀ ਸੁਸਾਇਟੀ ਨੇ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਅੱਜ ਪਿੰਡ ਖਾਸੀ ਕਲਾਂ ਦੇ ਵਿੱਚ ਮਿਲਕ ਸੁਸਾਇਟੀ ਦਾ ਮੁਨਾਫਾ ਵੰਡਿਆ ਗਿਆ, ਜਿਹਦੇ ਵਿੱਚ ਵਿਸ਼ੇਸ਼ ਤੌਰ 'ਤੇ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਕੈਬਨਿਟ ਮੰਤਰੀ ਪੰਜਾਬ ਮੌਕੇ ਦੇ MLA ਸਾਹਿਬ ਨੇ ਵਿਸ਼ੇਸ਼ ਤੌਰ 'ਤੇ ਆ ਕੇ ਦਰਸ਼ਨ ਦਿੱਤੇ ਸੰਗਤ ਨੂੰ, ਜਿੱਥੇ ਕਿ ਦੀਵਾਲੀ ਦੀਆਂ ਦੇ ਮੌਕੇ 'ਤੇ ਲੋਕਾਂ ਨੂੰ ਅਸੀਂ ਜਿੰਨੇ ਸਾਡੇ ਮੈਂਬਰ ਨੇ ਮੈਂਬਰ ਸਾਹਿਬਾਨ ਨੂੰ ਮੁਨਾਫਾ ਵੰਡਿਆ ਤਾਂ ਕਿ ਵੀ ਲੋਕਾਂ ਨੂੰ ਉਤਸ਼ਾਹਿਤ ਹੋ ਜਾਣ, ਇਸ ਕਰਕੇ ਵੀ ਦੀਵਾਲੀ ਦੇ ਮੌਕੇ 'ਤੇ ਤੋਹਫਾ ਦਿੱਤਾ ਲੋਕਾਂ ਨੂੰ, ਸਾਰੀ ਸੰਗਤ ਨੂੰ, ਸਾਰੇ ਮੈਂਬਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਤਾਂ ਕਿ ਵੀ ਖੇਤੀ ਘਾਟੇਬੰਦ ਲਾਹੇਬੰਦ ਧੰਦਾ ਬਣਾਉਣ ਵਾਸਤੇ ਇਸ ਨੂੰ ਸਹਿਰ ਨਾਲ ਦੀ ਨਾਲ ਡੈਰੀ ਦਾ ਧੰਦਾ ਅਪਣਾਉਣਾ ਜੋ ਕਿ ਖੇਤੀ ਨਾਲ ਮਿਲਦਾ ਜੁਲਦਾ ਵਾ, ਤਾਂ ਕਿ ਲੋਕਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਲੁਧਿਆਣਾ ਤੋਂ ਰਾਕੇਸ਼ ਗਰਗ ਦੀ ਰਿਪੋਰਟ, ਚੈਨਲ 2।